ਇਤਿਹਾਸ ਦਾ ਕੁਝ ਨਹੀਂ ਰਹਿ ਸਕਦਾ। ਇਹ ਕਾਫੀ ਵੱਡੇ ਪੱਧਰ ਤੇ ਕੰਮ ਕਰ ਰਿਹਾ ਸੀ ਉਹਦੇ ਉਸ ਟਾਈਮ ਤੇ ਵੀ ਫੋਰਵਰਡ ਬੈਕਵਰਡ ਲਿੰਕੇਜਿਸ ਨਿਕਲੇ ਸੀ। ਨੰਬਰ 2 ਪਿਛਲੇ ਸਾਲ 5-6 ਮਹੀਨੇ ਪਹਿਲਾਂ ਜੇ ਐਂਡ ਕੇ ਪੁਲਿਸ ਨੇ ਰਾਮਨ 30 ਕਿਲੋ ਹੀਰੋਇਨ ਬਰਾਮਦ ਕੀਤੀ ਸੀ, ਜਿਹਦਾ ਲਿੰਕ ਜਿਹੜਾ ਨਿਕਲਿਆ ਸੀਗਾ ਫਗਵਾੜੇ ਦਾ ਇੱਕ ਓਰਿਜਨਲੀ ਬੰਗੇ ਦਾ ਪਰਿਵਾਰ ਫਗਵਾੜੇ 'ਚ 5 ਕਰੋੜ ਰੁਪਇਆ ਡਰੱਗ ਮਨੀ ਕਵਰ ਹੋਇਆ ਸੀ। ਮਨਪ੍ਰੀਤ ਕਰਕੇ ਇੱਕ ਮੁੰਡਾ ਉਹ ਅਰੈਸਟ ਹੋਇਆ। ਇਹ ਤਾਂ ਮੈਂ ਬੈਕਗਰਾਊਂਡ ਹੁਣ ਜਿਹੜੇ 3 ਵਿਅਕਤੀ ਜਿਹੜੇ ਫੜੇ ਗਏ ਹੈ ਇਹਦੇ 'ਚ ਇੱਕ ਸਤਨਾਮ ਹੈ, ਇਹਦਾ ਰਿਸ਼ਤੇਦਾਰ ਹੈ ਹਰਦੀਪ ਅਤੇ ਹੋਰ ਇਹਦੇ ਰਿਸ਼ਤੇਦਾਰੀ ਅਮਨ ਕਰਕੇ ਇੱਕ ਲੈਣਾ। 2 ਮੇਜਰ ਕਨਸਾਈਨਮੈਂਟਸ ਜਿਹੜੀਆਂ ਅਲੱਗ ਅਲੱਗ ਗਰੁੱਪਸ ਤੋਂ ਜਿਹੜੀ ਆਈ ਸੀਗੀਆਂ ਉਹ ਰਿਕਾਰਡ ਇੱਕ ਜਿਹੜੀ ਸੀਗੀ ਉਹ ਬਿੜਕੇ ਤੋਂ ਆਈ ਸੀ ਜਿਹੜੀ ਕੋਈ 8 ਕਿਲੋ ਦੀ ਕਰੀਬ, ਬਾਕੀ 40 ਕਿਲੋ ਜਿਹੜੀ ਉਹ ਲੈਂਡ ਰੋਸ ਤੋਂ ਗੁਜਰਾਤ ਤੋਂ ਆਈ ਸੀ ਅਤੇ ਜਨਰਲੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਉਹਦੇ 'ਚ ਇਹ ਪਤਾ ਲੱਗਿਆ ਹੈ ਟੈਕਨੀਕਲ ਡਾਟਾ ਨੂੰ ਚੱਲ ਰਿਹਾ ਕਿ ਇਰਾਨ ਤੋਂ ਕੁਛ ਫਾਈਨੈਂਸ਼ਲ ਇਹ ਆਪਣੇ ਔਡਰ ਵਗੈਰਾ ਜਿਹੜਾ ਦਿੰਦੇ ਅਤੇ ਇਸ ਰੂਟ ਰਾਹੀਂ ਪੰਜਾਬ ਰੂਟ ਰਾਹੀਂ ਕੈਨੇਡਾ ਵਾਇਸੀ ਰੂਟ ਕੈਨੇਡਾ ਬਾਕੀ ਵਾਇਸੀ ਠੀਕ ਹੈ ਕੁਛ ਆਪਸ ਰਿਸ਼ਤਾ ਨੇ ਲੈਣ ਵਾਲਾ ਵੀ ਆਈਡੈਂਟੀਫਾਈ ਹੋ ਗਿਆ ਬਾਕੀ ਹੁਣ ਤੱਕ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਆਈਡੈਂਟੀਫਾਈ ਹੋ ਗਿਆ ਰਹਿੰਦੇ ਅਲੱਗ ਅਲੱਗ ਸੀ ਅੜਤਾਲੀ ਕਿਲੋ ਤੋਂ ਜ਼ਿਆਦਾ ਸੀ ਇਹ ਤੁਹਾਨੂੰ ਦੱਸ ਦਿੱਤਾ ਜਾਏਗਾ ਨੈਕਸਟ ਜਗ੍ਹਾ ਅੜਤਾਲੀ ਕਿਲੋ ਤੋਂ ਕਾਫੀ ਜ਼ਿਆਦਾ ਸੀ। ਸੋਰੀ ਸੁਣੋ ਨੰਬਰ 2 ਟੋਟਲ ਖੇਤ ਕਾਫੀ ਜ਼ਿਆਦਾ ਸੀ ਕਿੰਨੇ ਸੀਗੀ ਜਦ ਫੈਕਟਰੀ ਵੱਲ ਵੀ ਜਦ ਕਰ ਵੀ ਟ੍ਰਾਂਜ਼ਿਟ ਰੂਟਸ ਹੁੰਦੇ ਨਾਪਰੀ ਅਤੇ ਹੋਰ ਵੀ ਨੈਟਵਰਕ ਜਿਹੜਾ 30 ਕਿਲੋ ਹੈ ਉਹ ਤਾਂ ਡਾਇਰੈਕਟ ਇਹਦਾ ਬਣ ਗਿਆ ਇਹਦਾ ਬੇਟਾ ਫੜ ਗਿਆ ਸੀ ਪਿਛਲੇ 1.5 ਡੇਢ ਸਾਲ ਤੋਂ ਕੋਈ ਫੈਮਿਲੀ
बाइट का नंबर।